ਕਰਤਾ ਸੀ ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਨੂੰ ਬਹੁਤ ਬਹੁਤ ਸਵਾਗਤ ਅੱਜ 13 ਮਾਰਚ 2023 ਤੇ ਕੋਈ 11:40 ਮਿੰਟ ਦੇ ਨੇੜੇ ਤੇੜੇ ਆਪਾਂ ਹੈਗੇ ਆ ਬਠਿੰਡਾ ਨਗਰ ਨਿਗਮ ਦੇ ਬਾਹਰ ਕੁਝ ਮਾਤਾਵਾਂ ਪੈਣਾ ਭਰਾ ਬੱਚੇ ਇਹ ਧਰਨੇ ਤੇ ਬੈਠਿਆ ਤਿੱਖੜ ਧੁੱਪ ਦੇ ਵਿੱਚ ਤਿੱਖੜ ਧੁੱਪ ਦੇ ਵਿੱਚ ਇਹ ਧਰਨੇ ਤੇ ਬੈਠੇ ਆ ਤੁਹਾਡੇ ਯਾਦ ਹੋਣਾ ਇਹ ਉਹੀ ਲੋਕ ਨੇ ਜਿਹੜੇ ਆਦਰਸ਼ ਨਗਰ ਗਲੀ ਨੰਬਰ 7 ਡੀ ਦੇ ਵਿੱਚ ਇੱਕ ਜਿਹਨੂੰ ਕਹਿੰਦੇ ਨੇ ਗੋਡਾਊਨ ਸ਼ਾਇਦ ਗੋਡਾਊਨ ਨੂੰ ਲੈ ਕੇ ਪਹਿਲਾਂ ਵੀ ਬੜੀਆਂ ਐਪਲੀਕੇਸ਼ਨਸ ਦਿੱਤੀਆਂ ਔਰ ਥੋੜੇ ਦਿਨ ਹੋਏ ਇਹ ਲੋਕ ਪਹਿਲਾਂ ਵੀ ਧਰਨੇ ਤੇ ਬੈਠੇ ਸੀਗੇ ਇਹਨਾਂ ਨੂੰ ਆਪਾਂ ਪੁੱਛਦੇ ਆ ਫਿਰ ਕੀ ਹਾਲ ਹੈ ਆ ਠੀਕ ਹੈ ਜੀ ਕਾਹਦਾ ਧੁੱਪੇ ਬੈਠੇ ਆ ਆ ਠੀਕ ਹੈ ਜੀ ਫਿਰ ਉਹਨਾਂ ਦੇ ਹਾਲਾਤ ਹੀ ਆਪਣੇ ਬਠਿੰਡੇ ਦੇ ਇਦਾਂ ਦੇ ਤਾਂ ਬਹਿ ਨਹੀਂ ਪੈਣੀ ਧੁੱਪੇ ਦੇ ਵਿੱਚ ਹੁਣ ਫਿਰ ਕੀ ਗੱਲ ਉਦੋਂ ਚੰਗਾ ਭਲਾ ਉਹ ਆ ਤਾਂ ਗਏ ਸੀ ਜਦੋਂ ਜ਼ੱਤ ਡੀ ਦੇ ਵਿੱਚ ਆਪ ਆ ਗਏ ਸੀਗੇ ਜੀ ਤੇ ਉਹਨਾਂ ਨੇ ਹਜੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੂੰ ਪੈਸੇ ਚੜ ਗਏ ਹੋਏ ਚੰਗਾ ਜੀ ਜਿਹੜਾ ਕਿਰਨਦੀਪ ਇਨਸਪੈਕਟਰ ਹੈ ਉਹਨੂੰ ਪੈਸੇ ਚੰਗਾ ਚੜੇ ਜਦੋਂ ਉਦੋਂ ਇਨਸਪੈਕਟਰ ਗਿਆ ਸੀ ਉਹ ਇਨਸਪੈਕਟਰ ਬਹੁਤ ਉਹਦੇ ਸੀ ਉਹਨੇ ਆਦੀ ਪੂਰੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਜ਼ੋਨ ਜਿਹੜਾ ਹੈਗਾ ਉਹ ਕਿਰਨਦੀਪ ਸੀ ਕਿਰਨਦੀਪ ਕੋਲ ਹੈ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਹ ਫਾਈਲ ਰੱਖ ਕੇ ਉਹਦੀ ਪੂਜਾ ਕਰੀ ਜਾਂਦਾ ਇਸ ਟਾਈਮ ਉਹ ਪੂਜਾ ਕਰਕੇ ਕੁਝ ਨਿਕਲੂਗਾ ਉਹਦੇ ਚੋਂ ਕੁਝ ਪ੍ਰਗਟ ਹੋਣਾ ਉਹਦੇ ਚੋਂ ਸਰ ਨਹੀਂ ਜੀ ਉਹ ਪੈਸੇ ਖਾਦੇ ਹੋਏ ਹਨਾ ਕਿਰਨਦੀਪ ਜੀ ਦੇ ਉਹਲੇ ਪੂਜਾ ਕਰੀ ਜਾਂਦੇ ਨੇ ਪੂਜਾ ਕਰੀ ਜਾਂਦੇ ਉਹਨੂੰ ਟਾਈਮ ਦੇ ਜਾਂਦੇ ਆ ਪੈਸੇ ਹਾਜਮੇ ਹੋ ਜਾਂਦੇ ਆ ਜੀ ਉਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਜੀ ਐਂਡ ਅਸੀਂ ਤਾਂ ਕਾਰਵਾਈ ਕਰਵਾ ਕੇ ਹੀ ਰਵਾਂਗੇ ਕੁਝ ਮਰਜ਼ੀ ਹੋ ਜੇ ਜੀ ਅੱਜ ਅਸੀਂ ਇੱਥੇ ਬੈਠੇ ਆਉਣ ਵਾਲੇ ਟਾਈਮ ਅਸੀਂ ਸੀਐਮ ਦੇ ਮਤਲਬ ਕਿ ਘਰੇ ਵੀ ਜਾਵਾਂਗੇ ਸੰਗਰੂਰ ਜ਼ਿਲ੍ਹੇ ਕਿ ਜਾਵਾਂਗੇ ਉਹਨਾਂ ਦਾ ਘਰ ਵੀ ਘੇਰਾਂਗੇ ਇਹ ਇਕੱਠਾ ਜਿਹੜਾ ਦਿਨੋਂ ਦਿਨ ਵੱਧ ਜਾਊਗਾ ਜੀ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਮਿਲੇ ਕਮਿਸ਼ਨਰ ਸਾਹਿਬ ਦੇ ਅੱਗੇ ਬਿਆਨ ਆ ਗਿਆ ਤੁਸੀਂ ਤਾਂ ਬਿੱਲੋਂ ਤਾਂ ਆ ਜਾਂਦੇ ਹੋ ਜੀ ਅਸੀਂ ਪਾਗਲ ਆ ਇੰਨੀ ਧੁੱਪ ਚ ਜੀ ਆ ਲੋਕ ਪਾਗਲ ਨਹੀਂ ਜਿਹੜੇ ਬੈਠੇ ਨੇ ਜੀ ਕਿੰਨੇ ਕਿਆ ਇਹ ਚੀਜ਼ ਇੱਕ ਕਮਿਸ਼ਨਰ ਸਾਹਿਬ ਨੇ ਕਿਹਾ ਜੀ ਮੰਡੇ ਨੂੰ ਅਸੀਂ ਮਿਲ ਕੇ ਗਏ ਕਮਿਸ਼ਨਰ ਸਾਹਿਬ ਨੂੰ ਅਸੀਂ ਕਿਹਾ ਜੀ ਅਸੀਂ 9 ਵਜੇ ਤੇ ਆਏ ਹੋਏ ਹਾਂ ਜੀ ਤੇ ਇਹਨਾਂ ਨੇ ਸਾਨੂੰ 12 ਵਜੇ ਮਿਲਣ ਦਿੱਤਾ ਜੀ ਬਾ 9 ਵਜੇ ਦੇ ਅਸੀਂ ਇੱਥੇ ਬੈਠੇ ਰਹੇ ਆ ਕੋਈ ਕਹਿੰਦਾ ਉਹਦੇ ਕੋਲੇ ਜਾਵੜੋ ਉਹ ਕਾਰਵਾਈ ਕਰੂਗਾ ਜੀ ਕੋਈ ਕਹਿ ਦਿੰਦਾ ਉਹਦੇ ਕੋਲੇ ਜਾਵੜੋ ਜੀ ਪੀਏ ਸਾਹਿਬ ਨੂੰ ਵੀ ਪਤਾ ਪੀਏ ਸਾਹਿਬ ਕਹਿੰਦਾ ਰਜਿੰਦਰ ਨੂੰ ਜਾਵੜ ਰਜਿੰਦਰ ਕਹਿੰਦਾ ਜੀ ਬਾਅਦ ਵਿੱਚ ਮੈਂ ਫੋਨ ਕਰ ਦਿੰਦਾ ਕਿਰਨਦੀਪ ਕਹਿੰਦਾ ਜੀ ਮੈਂ ਤਾਂ ਛੁੱਟੀ ਤੇ ਹਾਂ ਸੋਮਵਾਰ ਆ ਕੇ ਕਰੂੰਗਾ ਜੀ ਇਹ ਕੁਛ ਨਹੀਂ ਜੀ ਇੱਕ ਦੂਜੇ ਦਾ ਨਾਮ ਲਈ ਜਾਂਦੇ ਆ ਕੁਛ ਨਹੀਂ ਕਿਰਨਦੀਪ ਦੇ ਟੇਬਲ ਤੇ ਫਾਈਲ ਪਈ ਆ ਜੀ ਉਹਦੇ ਵਿੱਚ ਜਿਹੜੇ ਅਸੀਂ ਸਿਲੰਡਰਾਂ ਦੀਆਂ ਫੋਟੋਆਂ ਜਾਂ ਗਦਾਮ ਦੀਆਂ ਫੋਟੋਆਂ ਲਾ ਕੇ ਦੱਸਿਆ ਹੋਇਆ ਇਹਨਾਂ ਨੂੰ ਉਹ ਫਾਈਲ ਵਿੱਚ ਸਾਡੀ ਕੋਈ ਫੋਟੋ ਹੀ ਨਹੀਂਗੀ ਜੀ ਉਲਟਾ ਉਹਦੀਆਂ ਫੋਟੋਆਂ ਲਾਈਆਂ ਹੋਈਆਂ ਇੱਕ ਬੈੱਡ ਲਾ ਕੇ ਇਹਨਾਂ ਨੇ ਸ਼ੋਅ ਕੀਤਾ ਵੀ ਉਹ ਘਰ ਐ ਜੇ ਘਰ ਉਹਨੂੰ ਯੂਜ਼ ਕਰਦਾ ਬਾਕੀ ਤੁਸੀਂ ਸਰ ਉਸ ਦਿਨ ਗਏ ਸੀ ਤੁਹਾਡੇ ਚੈਨਲ ਤੇ ਵੀ ਪਤਾ ਹੀ ਹੈ ਜੀ ਹਨਾ ਤੁਸੀਂ ਵੀ ਸ਼ੋ ਕੀਤਾ ਸੀ ਵੀ ਉਹ ਬਿਲਡਿੰਗ ਆ ਜਿਹੜੀ ਉਹ ਘਰ ਨਹੀਂ ਹੈਗਾ ਉਹਨੂੰ ਕਮਰਸ਼ੀਅਲ ਉੱਥੇ ਯੂਜ਼ ਕੀਤਾ ਜਾਂਦਾਗਾ ਜੀ ਉਹਦੇ ਵਿੱਚ ਸਮਾਨ ਵੀ ਪਿਆ ਜੀ ਇਹਨਾਂ ਨੇ ਹੁਣ ਕੋਈ ਕਾਰਵਾਈ ਨਹੀਂ ਕੀਤੀ ਜੀ ਤੁਸੀਂ ਦੇਖ ਲਓ ਇੱਕ ਤਰੀਕ ਦੀ ਗੱਲ ਆ ਜੀ ਅੱਜ 11 12 ਦਿਨ ਹੋ ਗਏ ਆ ਜੀ ਮੈਂ ਮੈਂ ਤੁਹਾਨੂੰ ਦੱਸ ਦਿਆਂ ਐਕਚੁਅਲ ਦੇ ਵਿੱਚ ਤੁਹਾਡੇ ਸਾਰਿਆਂ ਦੇ ਯਾਦ ਹੋਣਾ ਬਠਿੰਡਾ ਆਦਰਸ਼ ਨਗਰ ਕਲੀ ਨੰਬਰ 7 ਡੀ ਦੇ ਵਿੱਚ ਇੱਕ ਐ ਕਹਿ ਲਓ ਵੀ ਉੱਥੇ ਕੰਸਟਰਕਸ਼ਨ ਜਿਹੜੀ ਹੋਈ ਆ ਉਹ ਗੋਡਾਊਨ ਦੇ ਰੂਪ ਚ ਹਣਾ ਉਹ ਹੋਏ ਹੋਏ ਆ ਲਾਸਟ ਟਾਈਮ ਜਦੋਂ ਅਸੀਂ ਗਏ ਸੀ ਮੈਂ ਉਦੋਂ ਦਿਖਾਇਆ ਵੀ ਸੀ ਤੁਹਾਨੂੰ ਵੀ ਨੋ ਡਾਊਟ ਉਹ ਘਰ ਵਾਲਾ ਜਿਹੜਾ ਰੂਪ ਉਹ ਨਹੀਂ ਸੀਗਾ ਪਰ ਚਲੋ ਇਹ ਸਾਰੇ ਲੋਕ ਜਿਹੜੇ ਨੇ ਇਹ ਪਰੇਸ਼ਾਨ ਨੇ ਉੱਥੋਂ ਦੇ ਵੀ ਅਰੇ ਨੂੰ ਗੋਡਾਊਨ ਬਣਾਉਂਦੇ ਆ ਉਹਦੇ ਵਿੱਚ ਸਿਲੰਡਰ ਆ ਬਟ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕਹਿਣਾ ਹੈ ਗੋਪਾਲ ਕੈਟਰਿੰਗ ਵਾਲਿਆਂ ਦਾ ਕਿ ਜੀ ਹੁਣ ਇੱਥੇ ਸਿਲੰਡਰ ਸਿਲੰਡਰ ਨਹੀਂ ਹੁੰਦੇ ਤੇ ਆਮ ਘਰਾਂ ਚ ਵੀ ਵੈਸੇ ਕਹਿੰਦੇ ਸਿਲੰਡਰ ਹੁੰਦੇ ਨੇ ਇਸ ਤਰੀਕੇ ਨਾਲ ਵੀ ਕੁਝ ਇਹਨਾਂ ਦਾ ਕਹਿਣਾ ਕੁਝ ਨਹੀਂ ਜੀ ਮੇਰੀ ਰਜਿੰਦਰ ਨਾਲ ਵੀ ਗੱਲ ਹੋਈ ਸੀਗੀ ਜੀ ਸ਼ੁੱਕਰਵਾਰ ਨੂੰ ਇੱਧਰ ਕੌਣ ਰਜਿੰਦਰ ਹੈਗਾ ਐਮਟੀਵੇਵੇ ਬਿਲਡਿੰਗ ਇੰਸਪੈਕਟਰ ਦੇ ਉੱਪਰ ਆ ਜੀ ਸਹਦ ਐਮਟੀਵੀ ਪਤਾ ਨਹੀਂ ਐਦਾਂ ਕੁਝ ਐਮਟੀ ਕੁਝ ਕਹਿੰਦੇ ਨੇ ਜੀ ਉਹਨਾਂ ਦੀ ਪੋਸਟ ਆ ਜੀ ਉਹ ਮੈਨੂੰ ਕਹਿੰਦੇ ਜੀ ਸਮਾਨ ਦਾ ਹੀ ਰੌਲਾ ਸੀ ਸਮਾਨ ਚੱਕਿਆ ਗਿਆ ਮੈਂ ਕਿਹਾ ਜਿਹੜੀ ਬਿਲਡਿੰਗ ਬਣੀ ਹੋਈ ਆ ਜੀ ਉਹ ਉਲਟਾ ਪਤਾ ਕੀ ਕਹਿੰਦੇ ਜੀ ਇਹ ਤਾਂ ਸ਼ਹਿਰ 'ਚ ਵੀ ਹੈਗੀਆਂ ਜੀ ਦੇਖੋ ਮੈਂ ਉਹਨਾਂ ਨੂੰ ਇਹੀ ਸਵਾਲ ਪੁੱਛਣਾ ਚਾਹੁੰਨਾ ਸ਼ਹਿਰ 'ਚ ਹੈਗੀਆਂ ਜਾਂ ਨਹੀਂ ਹੈਗੀਆਂ ਅਸੀਂ 24-24 ਲੱਖ ਰੁਪਇਆ ਲਾਇਆ ਹੋਇਆ ਕੋਠੀਆਂ ਦੇ ਅਸੀਂ ਲੋਨ ਕਰਵਾ ਕੇ ਸਾਰਾ ਕੁਝ ਕੀਤਾ ਹੋਇਆ ਸਾਡੀ ਉੱਥੇ ਕੋਈ ਉਹ ਨਹੀਂ ਹੈਗਾ ਮਤਲਬ ਅਸੀਂ ਨਹੀਂ ਬਣਨ ਦੇਵਾਂਗੇ ਜੀ ਨਹੀਂ ਇਹ ਮੈਨੂੰ ਗੱਲ ਨਹੀਂ ਸਮਝ ਆਈ ਵੀ ਸ਼ਹਿਰ 'ਚ ਵੀ ਹੈਗੀਆਂ ਤੇ ਸ਼ਹਿਰ 'ਚ ਵੀ ਤੁਹਾਡੀ ਬਦੌਲਤ ਹੀ ਬਣੀਆਂ ਫਿਰ ਇਹਨਾਂ ਦੇ ਕਾਰਨ ਹੀ ਬਣੀਆਂ ਮੈਨੂੰ ਐਂ ਦੱਸੋ ਜੀ ਉਹਨੇ ਨਵੰਬਰ ਦਾ ਪਾਇਆ ਹੋਇਆ ਜੀ ਉਹਦਾ ਨਕਸ਼ਾ ਤੁਸੀਂ ਕਢਵਾ ਲਓ ਕਮੇਟੀ ਸਾਨੂੰ ਕਢਵਾ ਕੇ ਦੇ ਦੇ ਉਹਦਾ ਨਕਸ਼ਾ ਕਿਦੋਂ ਪਾਸ ਹੋਇਆ ਨਕਸ਼ਾ ਉਹ ਬੰਦੇ ਨੇ ਜੀ ਬਿਨਾਂ ਨਕਸ਼ੇ ਤੋਂ ਸਾਰਾ ਕੁਝ ਪਾਇਆ ਜੀ 4 ਮਹੀਨੇ ਇਹਨਾਂ ਨੂੰ ਪੈਸੇ ਦਿੱਤੇ ਬਿਲਡਿੰਗ ਇਨਸਪੈਕਟਰ ਨੂੰ ਕਿਰਨਦੀਪ ਨੇ ਪੂਰੇ ਰੱਜ ਕੇ ਪੈਸੇ ਖਾਦੇ ਆ ਜੀ ਇਹ ਸਾਡੇ ਜਿਹੜਾ ਇਹ ਵਾਲਾ ਮੈਟਰ ਹੈ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਘਪਲਾ ਹੋਇਆ ਹੋਇਆ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਜੀ ਇੱਥੇ ਜਾਂਚ ਕੀਤੀ ਜਾਵੇ ਇਸ ਮਸਲੇ 'ਚ ਹੈਨਾ ਕਿਹੜੇ-ਕਿਹੜੇ ਦੋਸ਼ੀ ਨੇ ਉਹਨਾਂ ਨੂੰ ਜਿਹੜੀ ਹੈਗੀ ਬੰਦੀ ਕਾਰਵਾਈ ਉਹਨਾਂ ਦਾ ਸਸਪੈਂਡ ਕੀਤਾ ਜਾਵੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਪਤਾ ਕੀ ਗੱਲ ਹੈ ਜੀ ਇਹ ਅਸੀਂ ਨਵੰਬਰ ਦੇ ਰੌਲਾ ਪਾਉਣ ਲੱਗੇ ਹੋਏ ਹਾਂ ਜੀ ਤੁਸੀਂ ਦੇਖ ਲਓ ਇਹ ਬੰਦੇ ਨੇ ਜਨਵਰੀ ਦੇ ਵਿੱਚ ਨਕਸ਼ਾ ਪਾਸ ਹੋਇਆ ਜੀ ਇਹਦਾ ਉਹ ਵੀ ਕਰਦਾ ਉਹ ਵੀ ਰਾਇਸੀ ਨਕਸ਼ਾ ਪਾਸ ਹੋਇਆ ਕੋਠੀ ਦਾ ਉਹ ਵੀ ਜਨਵਰੀ ਦੇ ਵਿੱਚ ਹਾਲਾਂਕਿ ਉਹ ਬੰਦੇ ਨੇ ਬਿਨਾ ਨਕਸ਼ਾ ਪਾਸ ਕਰਵਾਏ ਸਾਰਾ ਕੁਝ ਬਣ ਗਿਆ ਫਿਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਜੀ ਵੀ ਫਿਰ ਤਾਂ ਜਿਹੜੇ ਲੋਕ ਆ ਬਿਨਾ ਨਕਸ਼ਾ ਪਾਸ ਅਸੀਂ ਪਾਗਲ ਨਹੀਂ ਗਏ ਜਿਨ੍ਹਾਂ ਨੇ ਇਹਨਾਂ ਨੂੰ 30 ਲੱਖ 30 ਹਜ਼ਾਰ ਰੁਪਏ ਮੈਂ ਨਕਸ਼ੇ ਦਾ ਭਰਤਿਆ ਜੀ ਅਸੀਂ ਵੀ ਪਾ ਲੈਂਦੇ ਜੀ ਫਿਰ ਤਾਂ ਲੋੜ ਹੀ ਨਹੀਂ ਕਮੇਟੀ ਦੀ ਫਿਰ ਲੋੜ ਹੀ ਨਹੀਂ ਇਹ ਕੀ ਕਰਦੇ ਨੇ ਜਦੋਂ ਆਮ ਕੋਈ ਬੰਦਾ ਗਰੀਬ ਬੰਦਾ ਘਰ ਪਾਉਂਦਾ ਹਨਾ ਲੋਨ ਕਰਵਾ ਕੇ ਘਰ ਪਾਉਂਦਾ ਉਹਦੇ ਤਾਂ ਲੈਂਟਰ ਤੇ ਜਾ ਕੇ ਖੜ ਜਾਂਦੇ ਆ ਜੀ ਅਸੀਂ ਲੈਂਟਰ ਨਹੀਂ ਪਾਉਣ ਦਿੰਦੇ ਜੀ ਨਕਸ਼ਾ ਦਿਖਾਓ ਉਹਦੇ ਨੇ ਕਮੇਟੀ ਅਸੀਂ ਬੜੇ ਪਰੇਸ਼ਾਨ ਆ ਜੀ 5 ਮਹੀਨੇ ਹੋ ਗਏ ਸਾਨੂੰ ਲਗਾਤਾਰ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਇਹਨੇ ਕਿਵੇਂ ਬੰਦੇ ਨੇ ਕਿਵੇਂ ਪਾਲਿਆ ਜੀ ਇਹਦਾ ਮਤਲਬ ਜੇ ਇਹਨਾਂ ਨੇ ਪਾਇਆ ਤਾਂ ਕੋਈ ਕਾਰਵਾਈ ਨਹੀਂ ਕੀਤੀ ਕਿੱਥੇ ਸੀਗੀ ਜੇ ਇਹਨਾਂ ਦੇ ਬੰਦਿਆਂ ਨੇ ਪੈਸੇ ਖਾਦੇ ਆ ਸਰੇ ਆ ਪੈਸੇ ਖਾਦੇ ਆ ਪੂਰਾ ਮੋਟਾ ਪੈਸਾ ਖਾਦਾ ਜਿਉ ਹਾਜਮੇ ਕਰਦੇ ਨੇ ਦੇਖੋ ਇਹ ਇਹ ਗੱਲ ਕਹਿਣੀ ਕਿ ਸ਼ਹਿਰ ਦੇ ਵਿੱਚ ਵੀ ਹੈਗੀਆਂ ਇਟ ਮੀਨਸ ਵੀ ਕਿਤੇ ਡਿਪਾਰਟਮੈਂਟ ਹੈ ਜਿਹੜਾ ਫਿਰ ਇਹ ਆਪਣੀ ਡਿਊਟੀ ਸਹੀ ਨਹੀਂ ਨਿਭਾ ਰਿਆ ਜਦੋਂ ਡਿਊਟੀ ਸਹੀ ਨਹੀਂ ਨਿਭਾ ਰਿਆ ਤੇ ਫਿਰ ਉਹਨਾਂ ਲੋਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਆਪਣੀ ਡਿਊਟੀ ਨਹੀਂ ਸਹੀ ਤਰੀਕੇ ਨਾਲ ਨਿਭਾ ਰਹੇ ਕਿਸੇ ਵੀ ਮਸਲੇ 'ਚ ਜ਼ਰੂਰੀ ਨਹੀਂ ਤੁਹਾਡੇ ਮਸਲੇ ਦੇ ਵਿੱਚ ਜੇ ਇਹ ਕਹਿੰਦੇ ਨੇ ਵੀ ਸ਼ਹਿਰ ਦੇ ਵਿੱਚ ਬਿਲਡਿੰਗਾਂ ਪਈਆਂ ਸਰ ਇਹਨਾਂ ਤੋਂ ਬਿਨਾਂ ਨਕਸ਼ਾ ਪਾਸ ਕਰਾਏ ਐਸੀਆਂ ਬਿਲਡਿੰਗਾਂ ਨੇ ਸ਼ਹਿਰ ਦੇ ਵਿੱਚ ਜਿਹਦੇ ਦੋ-ਦੋ ਮਾਲੇ ਬਣਨੇ ਚਾਹੀਦੇ ਨੇ ਤੇ ਪੰਜ-ਪੰਜ ਮਾਲੇ ਬਣੇ ਨੇ ਤੇ ਉਹ ਬਿਲਕੁਲ ਸਾਰਿਆਂ ਨੂੰ ਪਤਾ ਮੈਨੂੰ ਲੱਗਦਾ ਅਸ਼ੋਕ ਪ੍ਰਧਾਨ ਹੋਰਾਂ ਨੇ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਉਦੋਂ ਮੈਨੂੰ ਲੱਗਦਾ ਸ਼ਾਇਦ ਮੈਡਮ ਪਲਵੀ ਸੀ ਵੀ ਇਹ ਜਿਹੜੀਆਂ ਨਜਾਇਜ਼ ਬਿਲਡਿੰਗਾਂ ਬਣੀਆਂ ਨੇ ਉਹਨਾਂ ਦਾ ਕੀ ਕਰ ਰਹੇ ਹੋ ਤੁਸੀਂ ਇਹ ਇਹ ਮੈਨੂੰ ਵੀ ਨਹੀਂ ਸਮਝ ਆ ਰਹੀ ਇਹ ਸਰ ਕੁਝ ਨਹੀਂ ਕਰਦੇ ਜੀ ਮੋਟਾ ਪੈਸਾ ਖਾਂਦੇ ਨੇ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜਗਰੂਪ ਐਮ ਐਲ اے ਦਾ ਵੀ ਇਹੀ ਬਿਆਨ ਸੀਗਾ ਆ ਅੰਕਲ ਜੀ ਮੇਰੇ ਪਿੱਛੇ ਬੈਠੇ ਨੇ ਜਗਰੂਪ ਐਮ ਐਲ اے ਕਹਿੰਦਾ ਫਿਰ ਕੀ ਹੋ ਗਿਆ ਜੇ ਉਹਨੇ ਚਾਰ ਕੇ ਉਹਦੇ ਪੀਪੇ ਰੱਖ ਲਏ ਜੀ ਜਗਰੂਪ ਐਮ ਐਲ اے ਸਰਕਾਰੀ ਕੁਰਸੀ ਤੇ ਕਹਿੰਦਾ ਬੈਠ ਕੇ ਜੀ ਇਹ ਕਹਿ ਸਕਦਾ ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂ ਜੀ ਫਿਰ ਆਪਾਂ ਉਮੀਦ ਵੀ ਕੀ ਕਰ ਸਕਦੇ ਹਾਂ ਤਾਂ ਫਿਰ ਇਹ ਤਾਂ ਐਂ ਹੀ ਕਰਨਗੇ ਜੀ ਇਹ ਤਾਂ ਆਪਾਂ ਨੂੰ ਥੋੜਾ ਸੰਘਰਸ਼ ਕਰਨਾ ਪਊਗਾ ਤਾਂ ਜਾ ਕੇ ਕੋਈ ਮਸਲਾ ਹੱਲ ਹੋ ਸਕਦਾ ਜੀ ਪਰ ਪਰ ਬ੍ਰਦਰ ਦੇਖੋ ਮੈਂ ਤੁਹਾਨੂੰ ਇੱਕ ਗੱ ਜਿਹੜੇ ਮਿਸਟਰ ਕਮਿਸ਼ਨਰ ਨੇ ਰਾਹੁਲ ਜੀ ਜਿੱਤੋਂ ਤੱਕ ਮੈਂ ਜਿੰਨਾ ਕੋ ਮੈਂ ਜਾਣਦਾ ਫ੍ਰੈਂਕਲੀ ਮੇਰੀ ਕੋਈ ਜ਼ਿਆਦਾ ਮੀਟਿੰਗਸ ਨਹੀਂ ਹੋਈਆਂ ਪਰ ਮੈਨੂੰ ਲੱਗਦਾ ਯਾਰ ਵੀ ਬੰਦਾ ਜੈਨੂਨ ਕੰਮ ਕਰਨ ਵਾਲਿਆਂ ਚੋਂ ਹੈ ਮੈਨੂੰ ਲੱਗਦਾ ਬਸ ਦੇਖੋ ਮੈਂ ਇਹ ਕਹਾਂ ਵੀ ਬੰਦਾ ਕੰਮ ਕਰਨ ਵਾਲਿਆਂ ਚੋਂ ਹੈ ਬਾਕੀ ਸਰ ਠੀਕ ਹੈ ਜੀ ਪਰ ਸਾਨੂੰ ਨਹੀਂ ਲੱਗਦਾ ਜੈਨੂਨ ਜਾਂ ਕੰਮ ਕਰਨ ਵਾਲੇ ਆ ਕਿਉਂਕਿ ਉਹਨਾਂ ਤੱਕ ਰਿਪੋਰਟ ਹੀ ਨਹੀਂ ਪਹੁੰਚਦੀ ਜਦੋਂ ਅਸੀਂ ਜਾਣਦੇ ਆ ਜੀ ਉਹ ਕਹਿੰਦੇ ਹਾਂ ਹਲੇ ਹੋਇਆ ਨਹੀਂ ਮਸਲਾ ਹਲੇ ਜੀ ਪਿੱਛੇ ਥੋੜੇ ਦਿਨ ਮਿਲ ਕੇ ਗਏ ਜੀ ਅਸੀਂ ਉਹਨਾਂ ਨੂੰ ਪੁੱਛਿਆ ਜੀ ਸਾਡਾ ਮੈਟਰ ਸੋਲਵ ਨਹੀਂ ਆ ਅੱਛਾ ਤੁਹਾਡਾ ਮੈਟਰ ਸੋ ਫੇਰ ਉਹਨਾਂ ਨੇ ਸਾਨੂੰ ਸਵਾਲ ਜਵਾਬ ਕੀਤੇ ਕਹਿੰਦੇ ਤੁਸੀਂ ਕੀ ਕਰਦੇ ਹੋ ਰਾਜੇ ਮੈਂ ਕਿਹਾ ਮੈਂ ਏਦਾਂ ਕਰਕੇ ਕੰਮ ਕਰਦਾ ਅੱਛਾ ਤਾਂ ਹੀ ਕਹਿੰਦਾ ਬਿੱਲ ਲਿਓ ਤਾਂ ਹੀ ਤੁਸੀਂ ਆ ਜਾਨੇ ਹੋ ਜੀ ਦੇਖੋ ਜੇ ਉਹ ਬੰਦਾ ਐਂ ਕਹਿ ਸਕਦਾ ਜੀ ਦੱਸੋ ਹੈ ਫੇਰ ਤਾਂ ਕੱਲ ਨੂੰ ਪੱਤਰਕਾਰਾਂ ਨੂੰ ਕਹ ਦੇਣਗੇ ਵੀ ਉਹ ਤਾਂ ਵੇਲੇ ਆ ਇਹਨਾਂ ਦਾ ਕੀ ਹੈ ਬਹਿ ਕੇ ਖਬਰਾਂ ਲਾ ਦਿੰਦੇ ਆ ਹੈ ਖਬਰਾਂ ਲਾ ਦਿੰਦੇ ਆ ਜੀ ਸੱਚੀਆਂ ਜਾਂ ਝੂਠੀਆਂ ਜੀ ਇਹਨਾਂ ਨੂੰ ਨਹੀਂ ਨਾ ਹੈਗਾ ਨਾ ਜੀ ਇਹ ਤਾਂ ਆਰਾਮ ਨਾਲ ਕੁਰਸੀਆਂ ਤੇ ਬੈਠੇ ਆ ਉਹਦੀ ਕੰਮਕਾਰ ਛੱਡ ਕੇ ਉਹ ਹਰਾਸ ਹੋ ਰਹੇ ਆ ਜੀ 5 ਮਹੀਨੇ ਹੋ ਗਏ ਲਗਾਤਾਰ ਜੀ ਹੂੰ ਬਾਕੀ ਜੀ ਇਹਦੇ ਵਿੱਚ ਨਾ ਪੋਲੀਟਿਕਲ ਜੋਰ ਲੱਗਿਆ ਹੋਇਆ ਏ ਜਗਰੂਪ ਐਮ ਐਲ ਏ ਦਾ ਪੂਰਾ ਹੱਥ ਆ ਜੀ ਤੁਹਾਨੂੰ ਸਹੀ ਗੱਲ ਦੱਸ ਦਾਂ ਜੀ ਜਗਰੂਪ ਐਮ ਐਲ ਏ ਦਾ ਜਿੱਥੋਂ ਤੱਕ ਮੈਨੂੰ ਪਤਾ ਜਗਰੂਪ ਐਮ ਐਲ ਏ ਦਾ ਹੱਥ ਆ ਜੀ ਉਹ ਕਾਰਵਾਈ ਹੋਣ ਨਹੀਂ ਦਿੰਦਾ ਆ ਥੋੜੀ ਮੋਟੀ ਜੀ ਹੋਈ ਸੀ ਹੁਣ ਵਿੱਚ ਦੀ ਉਹ ਵੀ ਸ਼ਾਂਤ ਨਹੀਂ ਜੀ ਥੋੜੇ-ਮੋਟੇ ਪੈਸੇ ਪੂਸੇ ਸਾਰਿਆਂ ਨੇ ਰਲ ਮਿਲ ਕੇ ਜੀ ਕਰੇ ਹੋਏ ਨੇ ਉਹ ਹਾਜਮੇ ਕਰਦੇ ਨਹੀਂ ਜੀ ਨਹੀਂ ਨਹੀਂ ਦੇਖੋ ਇਹਦੇ 'ਚ ਜਗਰੂਪ ਐਮ ਐਲ ਏ ਦਾ ਤਾਂ ਉਹਨੇ ਹੱਥ ਪਾ ਕੇ ਕੀ ਲੈਣਾ ਛੋਟੀ ਜੀ ਬਿਲਡਿੰਗ ਹੈ ਤਾਂ ਉਹਦੇ 'ਚ ਦੇਖੋ ਵੈਸੇ ਆਪਾਂ ਗੱਲ ਕਰਦੇ ਆਂ ਨੇ ਸਾਨੂੰ ਤਾਂ ਤਾਂ ਹੀ ਪਤਾ ਲੱਗਦਾ ਨਾ ਜਦੋਂ ਉਹਨੇ ਉਹਨੇ ਇਹ ਗੱਲ ਕੀਤੀ ਕਹਿੰਦਾ ਪੰਜਾਬ ਦੇ ਵਿੱਚ ਤਾਂ ਕੋਈ ਕਾਨੂੰਨ ਹੀ ਨਹੀਂ ਫਿਰ ਤਾਂ ਭਾਈ ਸੋਚਦਾ ਉਹਦੀ ਪੱਕ ਕਰਦਾ ਜਦੋਂ ਉਹ ਕਹਿੰਦਾ ਜੀ ਚਾਰ ਪੀਪੇ ਬੰਦੇ ਨੇ ਫਿਰ ਕੀ ਹੋ ਗਿਆ ਜੇ ਕਿਉਂਦੇ ਰੱਖ ਲੈ ਜੀ ਹਨਾ ਕਿਸੇ ਨੇ ਇਹ ਤਾਂ ਨਹੀਂ ਦੇਖਿਆ ਜੀ ਉੱਥੇ ਏਰੀਏ ਦੇ ਵਿੱਚ ਹਨਾ ਦੇਖੋ ਜੀ ਲੋਕ ਰਹਿੰਦੇ ਨੇ ਕੋਈ ਜਾਨਵਰ ਨਹੀਂ ਰਹਿੰਦੇ ਉੱਥੇ ਆਪ ਇਹ ਇੰਨੇ ਨੇ ਸੋਹਣੇ ਏਰੀਏ 'ਚ ਰਹਿੰਦੇ ਨੇ ਅਸੀਂ ਜੇ ਉੱਥੇ ਆਪਦੇ ਏਰੀਏ 'ਚ ਥੋੜਾ ਨਾ ਬਣਨ ਦੇਵਾਂਗੇ ਜੀ ਜਿੰਨੇ ਪੈਸੇ ਆ ਅਸੀਂ ਉੱਥੇ ਰਹੀ ਜਾਂਦੇ ਆ ਅਸੀਂ ਆਪ ਦਾ ਉੱਥੇ ਮਹੱਲੇ ਦੇ ਵਿੱਚ ਇਹ ਥੋੜਾ ਨਾ ਵੀ ਹਰੇਕ ਹੀ ਗਦਾਮ ਖੋਲ ਲੂਗਾ ਜੀ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਇਹਦੀ ਬੰਦੀ ਹੈ ਜਿਹੜੀ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਗਦਾਮ ਆ ਸਾਡੇ ਏਰੀਆ ਚੋਂ ਬਾਹਰ ਕੱਢਿਆ ਜਾਵੇ ਜੀ ਚਾਹੇ ਉਹਨੂੰ ਢਾਵੋ ਚਾਹੇ ਉਹਨੂੰ ਸੀਲ ਕਰੋ ਕੁਛ ਮਰਜ਼ੀ ਕਰੋ ਸਾਨੂੰ ਬਿਲਡਿੰਗ ਨਹੀਂ ਦਿਸਣੀ ਚਾਹੀਦੀ ਸਾਨੂੰ ਉਹਨੂੰ ਸਾਰਿਆਂ ਨਾਲ ਬੈਠ ਰਹੀ ਆ ਆਪਾਂ ਨਹੀਂ ਕਹਿੰਦੇ ਢਾਦੋ ਉਹਨੂੰ ਕੋਠੀ ਚ ਕਨਵਰਟ ਕਰਵਾ ਦਿਓ ਜੀ ਦੇਖੋ ਇਹ ਬਿਲਕੁਲ ਦੇਖੋ ਇਹ ਲਾਸਟ ਟਾਈਮ ਮੈਂ ਵੀ ਇਹ ਗੱਲ ਕਹੀ ਸੀ ਕਿ ਕਿਸੇ ਬੰਦੇ ਨੇ ਇਨਾ ਪੈਸਾ ਲਾਇਆ ਨਾ ਚਲੋ ਠੀਕ ਹੈ ਹੋ ਜਾਂਦਾ ਕਈ ਵਾਰੀ ਅਗਲਾ ਕਹਿੰਦਾ ਵੀ ਯਾਰ ਕੋਈ ਗੱਲ ਨਹੀਂ ਕਿੱਡੀ ਇੱਕ ਗੱਲ ਆ ਆਪਾਂ ਵੀ ਕਰ ਲਓ ਜੇ ਉਹ ਬਾਕੀ ਬਣਿਆ ਪਿਆ ਪਰ ਉਹਨੂੰ ਆਪਾਂ ਕੋਠੀ ਚ ਕਨਵਰਟ ਕਰਵਾ ਦਈਏ ਇਹ ਹੋ ਸਕਦਾ ਇਹ ਗੱਲ ਤਾਂ ਜੀ ਮੈਂ ਖੁਦ ਗੋਪਾਲ ਕਟਿੰਗ ਵਾਲਿਆਂ ਨੂੰ ਖੁਦ ਕਹੀ ਹੈ ਇਹ ਗੱਲ ਵੀ ਤੂੰ ਇਹਨੂੰ ਰਿਹਾਇਸ਼ੀਅਰੀ ਚ ਕਨਵਰਟ ਕਰ ਲੈ ਰੈਜ਼ੀਡੈਂਸ ਆਦਾ ਬਣਾ ਲੈ ਉਹ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਜਿੱਥੇ 5-4 ਲੱਖ ਰੁਪਏ ਲੱਗਣਾ ਹੋਊਗਾ ਤਾਂ ਮੈਂ ਲਾ ਦੂੰਗਾ ਕਹਿੰਦਾ ਜੀ ਉਹਦੀ ਸਿੱਧੀ ਵਰਡਿੰਗ ਹੈ ਜੀ ਆਉਂਦੀ ਹੈ ਜੀ ਚਲੋ ਹੁਣ ਇਹ ਤਾਂ ਮੈਂ ਫਿਰ ਦੇਖੋ ਕੁਝ ਕਹਿ ਨਹੀਂ ਸਕਦਾ ਵੀ ਕਿੰਨਾ ਕੋਈ ਪੈਸਾ ਉਹਨਾਂ ਕੋਲ ਕੀ ਹੈ ਬਾਕੀ ਇਹਨਾਂ ਦੀ ਜਿਹੜੀ ਵਰਡਿੰਗ ਆ ਤੁਸੀਂ ਸੁਣੀ ਮੈਨੂੰ ਤਾਂ ਹੁੰਦਾ ਵੀ ਚਲੋ ਯਾਰ ਮੇਰੇ ਸ਼ਹਿਰ ਚ ਜੋ ਹੋ ਰਿਹਾ ਇੱਕ ਵਾਰੀ ਮੈਂ ਦੱਸ ਦਿਆਂ ਕਿ ਤੇ ਸਾਡੇ ਉਹ ਵੇਖ ਲਓ ਤੁਸੀਂ ਚਿੱਟੀਆਂ ਦਾੜੀਆਂ ਸਾਰਿਆਂ ਭਰਾਵਾਂ ਦੀਆਂ ਤੇ ਉਹ ਪਿੱਛੇ ਪੈਣਾ ਵੀ ਸਾਡੀਆਂ ਬੈਠੀਆਂ ਵੱਡੀਆਂ ਪੈਣਾ ਵੀ ਬੈਠੀਆਂ ਛੋਟੇ ਛੋਟੇ ਬੱਚੇ ਵੀ ਬੈਠੇ ਆ ਕੀ ਇਸ ਸੂਬੇ ਦੇ ਵਿੱਚ ਜਾਂ ਇਸ ਦੇਸ਼ ਦੇ ਵਿੱਚ ਇਹ ਧਰਨੇ ਲਾ ਕੇ ਹੀ ਕੰਮ ਹੁੰਦੇ ਨੇ ਇਹ ਨਹੀਂ ਮੈਨੂੰ ਸਮਝ ਆਈ ਪਰ ਚਲੋ ਮੇਰਾ ਕੰਮ ਸੀ ਕਿ ਮੈਂ ਤੁਹਾਨੂੰ ਦਿਖਾ ਦਿਆਂ ਵੀ ਕੀ ਹੋ ਰਿਹਾ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ